subscribe to Punjabi TV. Pralvin Appudo. Appudo. Hello, people. My name is Amazing and she's Dilpit Kaur. Sashikal. So, guys, ki haal chaal tade? Sorry, talk about write down, comment below. ठीक है ਤੇ ਬਸ ਵਧੀਆ ਠੀਕ ਹੈ ਮੈਂ ਨਹੀਂ ਦੱਸਣਾ ਕਿਹੜੀ ਵੀਡੀਓ ਹੈ ਤੁਸੀਂ ਦੱਸੋ ਆਹ ਯੈਸ ਉਹੀ ਵਾਲੀ ਹਾਂ ਉਹ ਜਿਹੜਾ ਫਸਟ ਪਾਰਟ ਕੀਤਾ ਸੀ ਉਹੀ ਉਹੀ ਉਹ ਦੋ ਲੜਕੇ ਜਿਹੜੇ ਉਹੀ ਉਹੀ ਜਿਹੜੇ ਮਤਲਬ ਬੇਟੀ ਬੇਟੀ ਇੱਕ ਵਾਕਿਆ ਹਾਂਜੀ ਉਹ ਵਾਲੇ ਜਿਹੜੀ ਆਪਾਂ ਇਸ ਤੋਂ ਪਹਿਲਾਂ ਵੀਡੀਓ ਬਣਾਈ ਉਹ ਸੈਕਿੰਡ ਪਾਰਟ ਯੈਸ ਇਟ ਵਾਸ ਦਾ ਸੈਕਿੰਡ ਪਾਰਟ ਹਸਬੀ ਰੱਬੀ ਜਲੱਲਾ ਠੀਕ ਹੈ ਜੀ ਸੋ ਇਹਦਾ ਆਪਾਂ ਪਹਿਲਾ ਪਾਰਟ ਦੇਖਿਆ ਸੀ ਬੜਾ ਵਧੀਆ ਲੱਗਾ ਤੁਸੀਂ ਬਹੁਤ ਵਧੀਆ ਰਿਸਪੋਂਸ ਦਿੱਤਾ ਅਤੇ ਕਾਫੀ ਇਨਫੋਰਮੇਸ਼ਨ ਮਿਲੀ ਸਾਨੂੰ ਤੁਹਾਡੀਆਂ ਵੀਡੀਓਸ ਤੋਂ ਤੁਹਾਡੇ ਕਮੈਂਟਸ ਦੇ ਜ਼ਰੀਏ ਸੋ ਅੱਜ ਇੱਕ ਦੂਜਾ ਪਾਰਟ ਦੇਖਣ ਲੱਗੇ ਹਾਂ ਸੋ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਪਲੇ ਕਰੀਏ ਹੈ ਨਾ ਪਰ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਹਿੱਟ ਦਾ ਥੰਬਸ ਅਪ ਨਾ ਹੋ ਸੋ ਹੇ ਵੀ ਗੋ ओके पार्ट टू दानिश एंड दावर दावर या दावर दावर एक्चुअली दावर कहते हैं दावर दानिश दावर स्टार्टिंग ही बोला है यार सुनते नबी बू जहल गया आका से उसने कहा तुम हो नबी बतलाओ जरा मेरी मोती में है क्या सिमत नबी बू जहल गया आका से उसने कहा तुम हो नबी बतलाओ जरा मेरी मोती में है क्या आका का फरमान हुआ और फजले रहमान हुआ मुट्ठी से पत्थर बोला ला इलाहा ਹਸਬੀ ਰੱਬ
Okay guys, so AC, another part of Hasbi Rabbi Jalallah. So ਇਹਦੇ ਵਿੱਚ ਆਪਾਂ ਦੇਖਿਆ ਕਿ ਜਿੱਦਾਂ ਆਪਣੀ ਸਿੱਖ ਧਰਮ ਵਿੱਚ ਨਹੀਂ ਹੁੰਦੀਆਂ ਸਾਖੀਆਂ, ਹਾਂਜੀ ਸਾਖੀ ਵਗੈਰਾ, ਉਹਦੇ ਸ਼ਾਇਦ ਇਸਲਾਮ ਵਿੱਚ ਵੀ ਉਦਾਂ ਜੋ ਸਟੋਰੀਜ਼ ਆ ਉਹਨਾਂ ਨੂੰ ਜਦੋਂ ਸੁਣਾਉਂਦੇ ਆ ਤਾਂ ਉਹਨੂੰ ਸ਼ਾਇਦ ਨਾਤ ਕਹਿੰਦੇ ਆ ਨਾ, ਮੇ ਬੀ ਸ਼ਾਇਦ ਉਸੇ ਨੂੰ ਨਾਤ ਕਹਿੰਦੇ ਆ ਕਿ ਜੋ ਇਸਲਾਮ ਦਾ ਜੋ ਜੋ ਹਿਸਟਰੀ ਵਿੱਚ ਜੋ ਜੋ ਕਹਿ ਲਓ ਹਿਸਟੋਰੀਕਲ ਜੋ ਸਟੋਰੀਜ਼ ਆ ਹੈ ਨਾ ਜੋ ਉਸ ਟਾਈਮ ਹੋਈਆਂ ਚੀਜ਼ਾਂ ਉਹਨਾਂ ਨੂੰ ਬਿਆਨ ਕਰਨਾ ਇਸ ਢੰਗ ਨਾਲ ਉਸੇ ਨੂੰ ਸ਼ਾਇਦ ਨਾਤ ਕਹਿੰਦੇ ਆ ਅਤੇ ਕਾਫੀ ਇੰਟਰਸਟਿੰਗ ਲੱਗਾ ਦੇਖ ਕੇ ਹੈ ਨਾ। ਹਾਂਜੀ ਕੁਛ ਮਤਲਬ ਲਾਈਨਾਂ ਸਮਝ ਵੀ ਆ ਰਹੀਆਂ ਸੀ, ਕੁਝ ਕੁਝ ਸਮਝ ਲੱਗ ਰਿਹਾ ਸੀ ਬਟ ਕੁਝ ਕੁਝ ਵਿੱਚ ਨਹੀਂ ਸਮਝ ਲੱਗ ਰਿਹਾ ਸੀ, ਉਹ ਸਾਨੂੰ ਪੂਰਾ ਯਕੀਨ ਆ ਗਿਆ ਉਹ ਸਾਨੂੰ ਤੁਸੀਂ ਦੱਸ ਦੇਣਾ। ਮਤਲਬ ਬੇਟੀ ਕੁਛ ਵੀ ਤੁਸੀਂ ਦੱਸਿਓ, ਕਿਉਂਕਿ ਜ਼ਿਆਦਾ ਅਸੀਂ ਨਹੀਂ ਬੋਲਦੇ ਯਾਰ, ਕਿਉਂਕਿ ਹੁਣ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਮਤਲਬ ਕਿ ਉਸ ਜੋ ਵਰਡ ਸਾਨੂੰ ਨਹੀਂ ਪਤਾ ਉਸਦਾ ਮਤਲਬ ਕੀ ਹੈ, ਅਸੀਂ ਸਹੀ ਪ੍ਰੋਨਾਊਂਸ ਵੀ ਨਹੀਂ ਕਰ ਸਕਦੇ, ਦੈਨ ਵਾਏ ਅਸੀਂ ਕਿਉਂ ਅਸੀਂ ਮਤਲਬ ਕਿ ਇਹ ਚੀਜ਼ ਕਰੀਏ, ਕਿਉਂ ਰਿਸਕ ਲਈਏ ਹੈ ਨਾ। ਸੋ ਦੈਟਸ ਵਾਏ ਅਸੀਂ ਇਸ ਚੀਜ਼ ਨੂੰ ਅਵੋਇਡ ਕਰਾਂਗੇ ਮਤਲਬ, ਬਟ ਸਾਡਾ ਜਾਣਨ ਦਾ ਪੂਰਾ ਮਨ ਹੈ। ਸੋ ਇਸ ਲਈ ਯਾਰ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਪੂਰੀ ਵੀਡੀਓ ਦਾ ਮਤਲਬ, ਪੂਰੀ ਵੀਡੀਓ ਦਾ ਨਹੀਂ ਚਲੋ ਮਤਲਬ ਜੋ ਮੇਨ ਪੁਆਇੰਟ ਸੀ ਕੁਝ ਕੁਝ ਸਮਝ ਲੱਗ ਗਏ ਸੀ, ਜਿਹੜੇ ਜਿਹੜੇ ਉਰਦੂ ਦੇ ਵਰਡ ਸੀ ਔਖੇ ਵਰਡ ਸੀ ਉਹ ਨਹੀਂ ਸਮਝ ਲੱਗੇ, ਸੋ ਉਹ ਸਾਨੂੰ ਤੁਸੀਂ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਤਲਬ ਇਹ ਕਮੈਂਟਸ ਆਉਂਦੇ ਆ ਵੀ ਹਾਂ ਇਹ ਨੀਚੇ ਵਰਡਿੰਗ ਪੰਜਾਬੀ 'ਚ ਵੀ ਆ ਜਾਂਦੀ ਹੈ। ਹਾਂ ਵੈਸੇ ਸਬ ਟਾਈਟਲ ਹੋਣੇ ਚਾਹੀਦੇ ਨੇ ਯਾਰ, ਇੱਦਾਂ ਸਬ ਟਾਈਟਲ ਪੰਜਾਬੀ ਵਿੱਚ ਜਾਂ ਪੰਜਾਬੀ ਨਹੀਂ ਚਲੋ ਇੰਗਲਿਸ਼ ਵਿੱਚ ਹੀ ਹੋਣ, ਇੰਗਲਿਸ਼ ਵਿੱਚ ਹੀ ਹੋਣ। ਸੋ ਮਤਲਬ ਬਹੁਤ ਅੱਛਾ ਲੱਗ ਰਿਹਾ ਸੀ ਜਿਵੇਂ ਮਤਲਬ ਇੱਦਾਂ ਬੋਲ ਰਹੇ ਹੈ ਵੀ ਜਾਣ ਦੀ ਬਹੁਤ ਜ਼ਿਆਦਾ ਇੱਛੁਕ ਸੀ। ਬਿਲਕੁਲ ਯਾਰ ਬਿਲਕੁਲ ਸਹੀ ਕਹਿ ਰਹੇ ਨੇ ਤੁਹਾਡੇ ਭਾਬੀ, ਅਤੇ ਉਹ ਇਸ ਲਈ ਇੱਛੁਕ ਹੈ ਕਿਉਂਕਿ ਇਹਨਾਂ ਤੋਂ ਜਿੰਨੀ ਫੀਲਿੰਗ ਨਾਲ ਇਹ ਗਾ ਰਹੇ ਹੈ ਉਸ ਤੋਂ ਪਤਾ ਲੱਗਦਾ ਕਿ ਬਹੁਤ ਵਧੀਆ ਗੱਲ ਕਹਿ ਰਹੇ ਆ, ਬਹੁਤ ਵਧੀਆ ਸਕੂਨ ਵਾਲੀ ਗੱਲ ਹੈ। ਸੁਣਨ ਨੂੰ ਜੀ ਕਰਦਾ ਜਿੱਦਾਂ ਇਹਨਾਂ ਨੇ ਪਹਿਲਾਂ ਵੀਡੀਓ ਬਣਾਈ ਸੀ ਬੇਟੀ ਵਾਲੀ ਉਹ ਕੈਂਟ ਸੀ ਪੂਰੀ, ਉਹ ਤਾਂ ਸਮਝ ਲੱਗ ਗਈ ਸੀ, ਉਹ ਤਾਂ ਸੁਣਨ ਨੂੰ ਉਹ ਤਾਂ ਬਹੁਤ ਵਧੀਆ ਲੱਗੀ ਸੀ, ਇਹ ਵੀ ਸੁਣਨ ਨੂੰ ਜੀ ਕਰਦਾ। ਯੈਸ ਜਿੱਦਾਂ ਹੁਣ ਇਹ ਜਦੋਂ ਗਾਉਂਦੇ ਆ ਨਾ ਵੈਸੇ ਤਾਂ ਬੜਾ ਇੱਕ ਸਕੂਨ ਜਿਹਾ ਮਿਲਦਾ, ਬੜਾ ਰਿਲੈਕਸ ਹੋ ਕੇ ਗਾਉਂਦੇ ਆ, ਐਂਡ ਜਿੱਦਾਂ ਦਿਲੋਂ ਕਹਿੰਦੇ ਨਾ ਆਪਾਂ ਦਿਲੋਂ ਗਾਉਂਦੇ ਆ, ਦਿਲੋਂ ਕੀ ਯਾਰ ਮੈਂ ਕਹਿੰਦਾ ਢਿੱਡੋਂ ਗਾਉਂਦੇ ਆ, ਇਹ ਬਹੁਤ ਵਧੀਆ ਗਾਉਂਦੇ ਆ ਸੀਰੀਅਸਲੀ ਗਾਈਜ਼। ਪਲੀਜ਼ ਇਹਨਾਂ ਦਾ ਚੈਨਲ ਹੈ ਉਹ ਜਾ ਕੇ ਚੈੱਕ ਕਰੋ, ਠੀਕ ਹੈ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਠੀਕ ਹੈ, ਕਿਉਂਕਿ ਇਹਨਾਂ ਨੇ ਆਪਾਂ ਨੂੰ ਪਰਮਿਸ਼ਨ ਦਿੱਤੀ ਹੋਈ ਹੈ ਆਫੀਸ਼ੀਅਲੀ। ਸੋ ਉਹਨਾਂ ਨੂੰ ਪਲੀਜ਼ ਜਾ ਕੇ ਦੇਖੋ ਯਾਰ, ਅਤੇ ਉਹਨਾਂ ਨੂੰ ਸਪੋਰਟ ਕਰੋ ਕਿਉਂਕਿ ਬਹੁਤ ਵਧੀਆ ਵੀਡੀਓਜ਼ ਬਣਾ ਰਹੇ ਨੇ ਇਹ। ਅਤੇ ਇੱਕ ਗੱਲ ਹੋਰ, ਜੇਕਰ ਟੈਕਨੀਕਲੀ ਵੀ ਦੇਖੀਏ ਪਿਛਲੀ ਵੀਡੀਓ ਨਾਲੋਂ ਜੋ ਪਾਰਟ 1 ਸੀ ਉਹਦੇ ਵਿੱਚ ਜਿਹੜੀ ਸਾਊਂਡ ਕੁਆਲਿਟੀ ਸੀ ਉਸ ਤੋਂ ਇਹ ਬਹੁਤ ਵਧੀਆ ਸੀ, ਬਹੁਤ ਮੱਚ ਬੈਟਰ ਜਿਹੜੀ ਸਾਊਂਡ ਕੁਆਲਿਟੀ ਲੱਗੀ ਮੈਨੂੰ। ਇਹਨਾਂ ਦੀ ਸ਼ੁਰੂਆਤ ਹੀ ਵਧੀਆ ਸੀ ਹੈ ਨਾ। ਹਾਂਜੀ ਇੱਕ ਇਹਨਾਂ ਨੇ ਇਹਦੇ ਵਿੱਚ ਆਊਟਡੋਰ ਸ਼ੂਟ ਕੀਤਾ, ਉਹਦੇ ਵਿੱਚ ਇਨਡੋਰ ਸੀਗਾ ਐਂਡ ਉਹ ਵੀ ਵਧੀਆ ਸੀ, ਬਟ ਜਦੋਂ ਦੂਜਾ ਪਾਰਟ ਬਣਾਇਆ ਸੋ ਇਹਨਾਂ ਦੇ ਮਨ ਵਿੱਚ ਵੀ ਇਹੀ ਆਇਆ ਹੋਣਾ ਕਿ ਉਸ ਤੋਂ ਬੈਸਟ ਕਰਨਾ ਹੈ ਨਾ। ਸੋ ਦੈਟਸ ਵਾਈ ਇਹਨਾਂ ਨੇ ਬੈਸਟ ਕੀਤਾ, ਅਤੇ ਜਿਹੜਾ ਹੁਣ ਆਉਣਾ ਉਹ ਇਹਨਾਂ ਨੇ ਉਸ ਤੋਂ ਵੀ ਘੈਂਟ ਕਰਨਾ, ਪੂਰਾ ਯਕੀਨ ਹੈ। ਸੋ ਤੀਜਾ ਪਾਰਟ ਵੀ ਜ਼ਰੂਰ ਦੇਖਾਂਗੇ ਆਪਾਂ ਹੈ ਨਾ, ਬਿਨਾਂ ਮਤਲਬ ਕਿਸੇ ਦੇਰੀ ਦੇ ਜ਼ਰੂਰ ਦੇਖਾਂਗੇ। ਇੱਦਾਂ ਦੀ ਵੀਡੀਓਜ਼ ਮਤਲਬ ਦੇਖਣੀਆਂ ਚਾਹੀਦੀਆਂ ਤੁਹਾਨੂੰ ਵੀ, ਮਤਲਬ ਚੰਗੀ ਚੰਗੀ ਵੀਡੀਓਜ਼ ਵੇਖਿਆ ਕਰੋ, ਮਾੜੀ ਮਾੜੀ ਵੀਡੀਓਜ਼ ਨਾ ਵੇਖਿਆ ਕਰੋ। ਸਹੀ ਗੱਲ ਹੈ ਯਾਰ, ਇਹਨਾਂ ਨੂੰ ਸਪੋਰਟ ਕਰੋ, ਇਹਨਾਂ ਨੂੰ ਸਪੋਰਟ ਕਰੋ। ਵੈਸੇ ਹੈਰਾਨੀ ਹੁੰਦੀ ਹੈ ਕਿ ਇੰਨੇ ਇਹਨਾਂ ਦੇ ਚੈਨਲ 'ਤੇ ਜਾਈਏ ਨਾ, ਇਹਨਾਂ ਚੈਨਲ 'ਤੇ ਦੇਖੀਏ ਬਹੁਤ ਵਿਊਜ਼ ਆ, ਬਟ ਉਹ ਸਾਰੇ ਪਾਕਿਸਤਾਨੀਆਂ ਦੇ ਹੀ ਹੈ ਕਿਉਂਕਿ ਇੰਡੀਅਨ ਮੀਡੀਆ ਵਿੱਚ ਕਿਉਂ ਨਹੀਂ ਪਾਪੂਲਰ ਯਾਰ, ਇਹ ਹੋਣੇ ਚਾਹੀਦੇ, ਇੱਧਰ ਵੀ ਬਹੁਤ ਮੁਸਲਿਮਸ ਆ, ਸੋ ਇਹਨਾਂ ਨੂੰ ਟ੍ਰੈਂਡਿੰਗ 'ਚ ਹੋਣਾ ਚਾਹੀਦਾ। ਇੱਦਾਂ ਦੀ ਵੀਡੀਓਜ਼ ਮਤਲਬ ਦੇਖ ਕੇ ਕੋਈ ਸੁਣਦਾ ਨਹੀਂ ਗਾ, ਸੋ ਇੱਦਾਂ ਦੀ ਵੀਡੀਓਜ਼ ਵੀ ਸੁਣ ਕੇ ਲੋਕ ਮਤਲਬ ਲਾਈਕਸ ਵਗੈਰਾ ਕਮੈਂਟ ਮਤਲਬ ਜੋ ਵੀ ਜ਼ਿਆਦਾ ਲੋਕ ਵੇਖਦੇ ਆ ਇਹਨਾਂ ਨੂੰ ਵੇਖਦੇ ਆ ਬਿਲਕੁਲ। ਸਾਨੂੰ ਹੁਣ ਸਾਡੀ ਕਮਿਊਨਿਟੀ ਦੇ ਕਈ ਲੋਕ ਹੈ ਜਿਹੜੇ ਜੋ ਤਾਂ ਸਾਨੂੰ ਐਪਰੀਸ਼ੀਏਟ ਕਰਦੇ ਆ, ਬਟ ਕਈ ਕੁਝ ਵਿੱਚ ਇੱਦਾਂ ਦੇ ਵੀ ਹੁੰਦੇ ਆ ਜੋ ਸਾਡੇ ਕਹਿ ਲਓ ਕਿ ਸਾਡਾ ਵਿਰੋਧ ਕਰਦੇ ਆ, ਸਾਨੂੰ ਕ੍ਰਿਟੀਸਾਈਜ਼ ਕਰਦੇ ਆ, ਉਹ ਨੋ ਪ੍ਰੋਬਲਮ ਕਰੋ, ਬਟ ਉਹ ਕਹਿੰਦੇ ਆ ਕਿ ਤੁਸੀਂ ਇਸਲਾਮ ਦੀ ਪ੍ਰਮੋਸ਼ਨ ਕਰ ਰਹੇ ਹੋ ਹੈ ਨਾ ਮਤਲਬ ਇੱਧਰ, ਬਟ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਹੱਦ ਤੱਕ ਪ੍ਰਮੋਸ਼ਨ ਕਰ ਰਹੇ ਹਾਂ ਹੈ ਨਾ, ਕਿਉਂਕਿ ਅਸੀਂ ਤਾਂ ਜਸਟ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵੱਖਰੇ ਧਰਮ ਬਾਰੇ ਹੈ ਨਾ, ਅਤੇ ਤੁਹਾਨੂੰ ਦਿਖਾਉਣੇ ਵੀ ਹੈ। ਸੋ ਇਹਦੇ ਵਿੱਚ ਉਹ ਚੀਜ਼ ਨਹੀਂ ਹੈ ਕਿ ਅਸੀਂ ਸਿਰਫ ਇਸਲਾਮ ਦੀ ਪ੍ਰਮੋਸ਼ਨ ਕਰ ਰਹੇ ਹਾਂ ਜਾਂ ਕਿਤੇ ਵੀ, ਬਟ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਧਰਮ ਤੋਂ ਹਟ ਕੇ ਦੂਜੇ ਧਰਮ ਬਾਰੇ ਹੈ ਨਾ। ਸੋ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਤੁਹਾਨੂੰ ਵੀ ਆਪਣੇ ਧਰਮ ਬਾਰੇ ਦੱਸਦੇ ਰਹੀਏ ਹੈ ਨਾ, ਸਿੱਖਇਜ਼ਮ ਬਾਰੇ ਤੁਹਾਨੂੰ, ਕਿਉਂਕਿ ਬਹੁਤ ਗੱਲਾਂ
ਨਹੀਂ ਪਤਾ ਹੁੰਦੀਆਂ ਆਪਾਂ ਨੂੰ ਇੱਕ ਦੂਜੇ ਦੇ ਧਰਮ ਬਾਰੇ, ਜਿੱਦਾਂ ਸਾਨੂੰ ਨਹੀਂ ਪਤਾ, ਅਸੀਂ ਤੁਹਾਡੇ ਸਾਹਮਣੇ ਦੇਖਦੇ ਹਾਂ, ਤੁਹਾਨੂੰ ਪਤਾ ਲੱਗਦਾ, ਤੁਸੀਂ ਕਿੰਨੇ ਖੁਸ਼ ਹੁੰਦੇ ਹੋ ਸਾਡਾ ਰਿਐਕਸ਼ਨ ਦੇਖ ਕੇ। ਸੋ ਅਸੀਂ ਵੀ ਤੁਹਾਡੇ ਤੋਂ ਇਹੀ ਉਮੀਦ ਰੱਖਦੇ ਹਾਂ ਕਿ ਜਦੋਂ ਅਸੀਂ ਕੋਈ ਸਿੱਖਿਜ਼ਮ ਦੀ ਵੀਡੀਓ ਬਣਾਈਏ ਤਾਂ ਤੁਸੀਂ ਵੀ ਉਸਨੂੰ ਓਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਸਾਡੀਆਂ ਇਸਲਾਮ ਦੀਆਂ ਵੀਡੀਓਜ਼ ਨੂੰ ਦਿੰਦੇ ਹੋ, ਹੈ ਨਾ। ਸੋ ਸਾਡੀ ਵੀ ਤੁਹਾਡੇ ਤੋਂ ਇਹੀ ਆਸ ਹੈ ਕਿ ਤੁਸੀਂ ਵੀ ਤੁਹਾਡਾ ਰਿਐਕਸ਼ਨ ਵੀ ਅਸੀਂ ਦੇਖ ਸਕੀਏ ਕਮੈਂਟਾਂ ਦੇ ਜ਼ਰੀਏ ਜਾਂ ਵਿਊਜ਼ ਦੇ ਜ਼ਰੀਏ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਵੀ ਸਿੱਖਿਜ਼ਮ ਬਾਰੇ ਜਾਣੋ ਅਤੇ ਜਿੰਨਾ ਵੱਧ ਤੋਂ ਜਾਣ ਸਕਦੇ ਆਪਾਂ ਇੱਕ ਦੂਜੇ ਬਾਰੇ। ਸੋ ਜਾਣਾਂਗੇ, ਪਿਆਰ ਵਧੇਗਾ, ਸੋ ਨਫ਼ਰਤ ਦਿਲਾਂ 'ਚੋਂ ਖਤਮ ਹੋਏਗੀ। ਸੋ ਇੱਦਾਂ ਹੀ ਜਿਹੜਾ ਕਾਫਲਾ ਹੈ ਵਾਲਾ ਚੱਲਦਾ ਰਹਿਣਾ ਯਾਰ ਦੁਨੀਆ ਦਾ। ਸੋ ਜ਼ਿੰਦਗੀ ਜੀਣ ਆਏ ਹਾਂ, ਕੱਟਣ ਥੋੜ੍ਹਾ ਆਏ ਹਾਂ, ਹੈ ਨਾ। ਸੋ ਜੀਣਾ, ਹੱਸ ਕੇ ਜੀਓ, ਖੁੱਲ੍ਹ ਕੇ ਜੀਓ, ਅਤੇ ਜਿੰਨਾ ਖੁੱਲ੍ਹ ਕੇ ਜੀ ਸਕਦੇ ਹੋ, ਜਿੰਨਾ ਜਾਣ ਸਕਦੇ ਹੋ ਇੱਕ ਦੂਜੇ ਬਾਰੇ, ਉਹਨਾਂ ਜਾਣੀ ਹੈ। ਸੋ ਦੈਟਸ ਵਾਈ ਅਸੀਂ ਇਸਲਾਮਿਕ ਵੀਡੀਓਜ਼ ਕਰਦੇ ਹਾਂ, ਬਟ ਨਾਲ ਨਾਲ ਸਿੱਖਿਜ਼ਮ ਦੀਆਂ ਵੀ ਕਰਾਂਗੇ। ਸੋ ਤੁਸੀਂ ਪਲੀਜ਼ ਸਿੱਖਿਜ਼ਮ ਨੂੰ ਵੀ ਪੂਰਾ ਪਿਆਰ ਦਿਓ ਯਾਰ ਉਸ ਵੀਡੀਓ। ਬਿਲਕੁਲ, ਚੰਗੀਆਂ ਚੰਗੀਆਂ ਵੀਡੀਓਜ਼, ਯੈਸ, ਇਹ ਅਸੀਂ ਅੱਗੇ ਵੀ ਕਹਿੰਦੇ ਹੁੰਦੇ ਹਾਂ ਕਿ ਚੰਗੀਆਂ ਚੰਗੀਆਂ ਵੀਡੀਓਜ਼। ਸੋ ਠੀਕ ਹੈ ਗਾਈਸ, ਇਹ ਸੀ ਅੱਜ ਦੀ ਵੀਡੀਓ, ਹੋਪ ਸੋ ਤੁਸੀਂ ਇੰਜੋਏ ਕੀਤਾ ਹੋਣਾ ਵੀਡੀਓ ਨੂੰ। ਜੇ ਤੁਹਾਨੂੰ ਚੰਗੀ ਲੱਗੀ ਤਾਂ ਹਿੱਟ ਦਾ ਥੰਬਸ ਅਪ ਐਂਡ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ, ਅਤੇ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਹੋਰ ਵੀਡੀਓ 'ਤੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ ਕੰਮ। ਸਨੈਪਚੈਟ 'ਤੇ ਫੋਲੋ ਕਰ ਲਓ ਯਾਰ, ਆਈ ਐਮ ਸਨਮੀਤ ਸਿੰਘ, ਯੈਸ, ਦੇਖ ਲਓ, ਦਿਖਾਓ। Okay.